ਜਿੱਦਾਂ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਕਿ ਆਪਾਂ ਕਿਵੇਂ ਜਾ ਕੇ ਪੁੱਛਣਾ ਉਹਨਾਂ ਨੂੰ ਕੀ ਡਾਕੂਮੈਂਟ ਤੁਹਾਨੂੰ ਚਾਹੀਦੇ ਆ ਹਨ ਹਾਂ ਉਹ ਕਹਿੰਦਾ ਮੈਨੂੰ ਬੰਦਾ ਤਾਂ ਚਾਹੀਦਾ ਵਾ ਪਰ ਬੰਦਾ ਬੰਦੇ ਨੂੰ ਗਰੀਕ ਆਵੇ ਕਿਉਂਕਿ ਉਹ ਆਰਡਰ ਲੈਣ ਨੂੰ ਬੰਦਾ ਚਾਹੀਦਾ ਸੀ ਕੋਈ ਉਹਨੂੰ ਅਤੇ ਅੱਜ ਮੈਂ ਅਤੇ ਸੰਨੀ ਜਾਵਾਂਗੇ ਉੱਦਾਂ ਹੀ ਦੋ ਤਿੰਨ ਥਾਵਾਂ 'ਤੇ ਕੰਮ ਪੁੱਛਾਂਗੇ ਤੁਸੀਂ ਜਿਵੇਂ ਅਸੀਂ ਪੁੱਛਣਾ ਵਾ ਅਸੀਂ ਉੱਥੇ ਇੰਨੀ ਕੁ ਗੱਲ ਕਹਿਣੀ ਹੈ ਕਿ ਹੈਲੋ ਸਰ ਵੀ ਨੀਡ ਵਰਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਵੱਖਰੀ ਗੱਲਬਾਤ 'ਤੇ ਅਤੇ ਸ਼ੁਰੂ ਕਰਦੇ ਹਾਂ ਅੱਜ ਦਾ ਵਲੋਗ ਕੌਫੀ ਕੌਫੀ ਪੀਣ ਆਏ ਸੀਗੇ ਅਤੇ ਤੁਸੀਂ ਦੇਖ ਹੀ ਸਕਦੇ ਹੋ ਭੀੜ ਵਾਹਵਾ ਹੋਈ ਪਈ ਆ ਇੱਧਰ ਕੌਫੀ ਸੈਂਟਰ 'ਚ ਇੱਥੇ ਵਿਊ ਦੇਖ ਲਓ ਤੁਸੀਂ ਬਾਕੀ ਵਿਊ ਦੇਖੋ ਇੱਥੇ ਬੈਠ ਕੇ ਉੱਪਰੋਂ ਦੂਜੀ ਮੰਜ਼ਿਲ ਤੋਂ ਵਿਊ ਦਿਸਦਾ ਵਾ ਵੇਖਦੇ ਵੇਖਦੇ ਲੋਕ ਕੌਫੀ ਇੰਜੋਏ ਕਰਦੇ ਆ ਸਾਰੀ ਅਤੇ ਆਪਾਂ ਹੁਣ ਇੱਥੇ ਥੋੜ੍ਹਾ ਜਿਹਾ ਟਾਈਮ ਬੈਠ ਕੇ ਚੱਲਦੇ ਹਾਂ ਬਾਹਰ ਤੁਹਾਨੂੰ ਦਿਖਾਉਂਦੇ ਹਾਂ ਕੰਮ ਕਿਵੇਂ ਲੱਭੀਦਾ ਵਾ ਅਤੇ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਨਾਲ ਤੁਹਾਡੇ ਰੂਬਰੂ ਕਰਮਜੀਤ ਸਿੰਘ ਜੀ ਹਾਜ਼ਰ ਆ ਜੋ ਵੀ ਤੁਹਾਨੂੰ ਵਲੋਗ ਵਿੱਚ ਦਿਖਾਇਆ ਜਾਏਗਾ ਇੱਧਰਲੇ ਪਾਸੋਂ ਸੈਂਸਰ ਬੋਰਡ ਤੋਂ ਪਾਸ ਹੋ ਕੇ ਫਿਰ ਉਹ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਅਤੇ ਤੁਸੀਂ ਵਲੋਗ ਸਾਰਾ ਦੇਖਿਆ ਕਰੋ ਵਲੋਗ ਦੇ ਵਿੱਚ ਬਹੁਤ ਗੱਲਾਂ ਹੁੰਦੀਆਂ ਇਹੋ ਜਿਹੀਆਂ ਜਿਹੜੀਆਂ ਤੁਸੀਂ ਸਕਿੱਪ ਨਾ ਕਰਿਆ ਕਰੋ ਅਤੇ ਕਿਉਂਕਿ ਕੰਮ ਦੇ ਨਾਲ ਨਾਲ ਫਨ ਵੀ ਹੁੰਦਾ ਵਲੋਗ ਦੇ ਵਿੱਚ ਅੱਜ ਦਾ ਵਲੋਗ ਵੀ ਬਹੁਤ ਹੀ ਖਾਸ ਹੋ ਰਿਹਾ ਵਾ ਉਹਨਾਂ ਲਈ ਜਿਹੜੇ ਆਪਣੇ ਭਰਾ ਸਟੂਡੈਂਟ ਆਉਂਦੇ ਆ ਅਤੇ ਅੱਜ ਆਪਾਂ ਉਹਨਾਂ ਲਈ ਖਾਸ ਵਲੋਗ ਬਣਾਉਣਾ ਵਾ ਕਿ ਕੰਮ ਕਿਵੇਂ ਲੱਭਿਆ ਜਾਵੇ ਜਿਹੜੇ ਨਵੇਂ ਬੰਦੇ ਆਉਂਦੇ ਆ ਉਹਨਾਂ ਨੂੰ ਥੋੜ੍ਹਾ ਜਿਹਾ ਹੁੰਦਾ ਵਾ ਹਿਚਕਚਾਹਟ ਹੁੰਦੀ ਆ ਕਿ ਅਸੀਂ ਕੰਮ ਲੱਭਣ ਜਾਵਾਂਗੇ ਕੀ ਕਹਾਂਗੇ ਕਿੱਦਾਂ ਨਹੀਂ ਸੋਚਿਆ ਇਹਦੇ 'ਤੇ ਇੱਕ ਥੋੜ੍ਹਾ ਜਿਹਾ ਵਲੋਗ ਬਣਾ ਦਈਏ ਅਤੇ ਅੱਜ ਮੈਂ ਅਤੇ ਸੰਨੀ ਜਾਵਾਂਗੇ ਉੱਦਾਂ ਹੀ ਦੋ ਤਿੰਨ ਥਾਵਾਂ 'ਤੇ ਨੂੰ ਪੁੱਛਾਂਗੇ ਤੁਸੀਂ ਜਿਵੇਂ ਅਸੀਂ ਪੁੱਛਣਾ ਵਾ ਅਸੀਂ ਉੱਥੇ ਇੰਨੀ ਕੁ ਗੱਲ ਕਹਿਣੀ ਹੈ ਕਿ ਹੈਲੋ ਸਰ ਵੀ ਨੀਡ ਵਰਕ ਵੀ ਆਰ ਸਟੂਡੈਂਟ ਠੀਕ ਹੈ ਇੰਨੀ ਕੁ ਗੱਲ ਹੀ ਕਹਿਣੀ ਹੁੰਦੀ ਆ ਉੱਥੇ ਕਿ ਅਸੀਂ ਸਟੂਡੈਂਟ ਹਾਂ ਸਾਨੂੰ ਕੰਮ ਚਾਹੀਦਾ ਵਾ ਅਤੇ ਜੇ ਉਹਨਾਂ ਕੋਲ ਹੁੰਦਾ ਉਹਨਾਂ ਨੂੰ ਕਹੋ ਵੀ ਸਾਡੇ ਕੋਲ ਕੀ ਡਾਕੂਮੈਂਟ ਹੈ ਕੀ ਨਹੀਂ ਹੈਗਾ ਕਈ ਬੰਦੇ ਬਹੁਤ ਸ਼ਰਮਾਉਂਦੇ ਆ ਵਿਚਾਰੇ ਘਰੋਂ ਉੱਠਦੇ ਵੀ ਨਹੀਂ ਹੈਗੇ ਅਤੇ ਕਹਿੰਦੇ ਆ ਕਿ ਸਾਨੂੰ ਯਾਰਾਂ ਦੋਸਤਾਂ ਨੂੰ ਦੂਜਿਆਂ ਨੂੰ ਕਹਿ ਦਿੰਦੇ ਆ ਕਿ ਭਾਅ ਜੀ ਸਾਨੂੰ ਕੰਮ ਲੱਭ ਦੇ ਮੁੰਡਿਆਂ ਨੂੰ ਕਹਿੰਦੇ ਰਹਿੰਦੇ ਦੂਜਿਆਂ ਨੂੰ ਸਾਨੂੰ ਕੰਮ ਲੱਭ ਦਿਉ ਪਰ ਉਹ ਬੰਦੇ ਉਹਨਾਂ ਨੂੰ ਲਾਰੇ 'ਚ ਰੱਖਦੇ ਆ ਕਿ ਹਾਂ ਲੱਭ ਦੂੰਗਾ ਕੋਈ ਚੱਕਰ ਨਹੀਂ ਤੈਨੂੰ ਲੱਭ ਦੂੰਗਾ ਕੰਮ ਲੱਭ ਕੇ ਕੋਈ ਕੋਈ ਦਿੰਦਾ ਹੁੰਦਾ ਜਿਹਦਾ ਯਾਰ ਦੋਸਤ ਚੰਗਾ ਹੋਵੇ ਅਤੇ ਲੱਭ ਕੇ ਕੋਈ ਵੀ ਨਹੀਂ ਦਿੰਦਾ ਠੀਕ ਹੈ ਜੀ ਬੰਦੇ ਉੱਤੇ ਆ ਅੱਗੇ ਵੀ ਬਿਜ਼ੀ ਹੁੰਦੇ ਆ ਅਤੇ ਉਹ ਫਿਰ ਉਹਨਾਂ ਨੂੰ ਕਹਿ ਦਿੰਦੇ ਹਾਂ ਹਾਂ ਲੱਭ ਦਾਂਗੇ ਉਹਨਾਂ ਦੀ ਆਪਦੀ ਲਾਈਫ ਵੀ ਬਿਜ਼ੀ ਹੁੰਦੀ ਆ ਇਹਦੇ ਇਸ ਵਾਸਤੇ ਆਪਾਂ ਇੱਕ ਵਲੌਗ ਬਣਾਇਆ ਵਾ ਤੁਹਾਨੂੰ ਕੀ ਡਾਕੂਮੈਂਟ ਚਾਹੀਦੇ ਆ ਤੁਹਾਡੇ ਇੱਕ ਤੁਹਾਨੂੰ ਤੁਹਾਡਾ ਪਾਸਪੋਰਟ ਚਾਹੀਦਾ ਜਦੋਂ ਤੁਸੀਂ ਕੰਮ 'ਤੇ ਜਾਣਾ ਲੱਭਣ ਕੰਮ ਇੱਕ ਪਾਸਪੋਰਟ ਇੱਕ ਕਾਲਜ ਵੱਲੋਂ ਰਜਿਸਟ੍ਰੇਸ਼ਨ ਲੈਟਰ ਇੱਕ ਵਰਕ ਲੈਟਰ ਇੱਕ ਪਿੰਕ ਸਲਿੱਪ ਚਾਹੀਦੀ ਹੁੰਦੀ ਹੈ ਤੁਹਾਡੀ ਜੇ ਪਿੰਕ ਸਲਿੱਪ ਨਹੀਂ ਹੈਗੀ ਤਾਂ ਤੁਹਾਡੀ ਇਮੀਗ੍ਰੇਸ਼ਨ ਸਲਿੱਪ ਚਾਹੀਦੀ ਹੈ ਤੁਹਾਨੂੰ ਠੀਕ ਹੈ ਇੰਨੇ ਡਾਕੂਮੈਂਟ ਤੁਸੀਂ ਇਕੱਠੇ ਕਰਕੇ ਤੁਸੀਂ ਕੀ ਕਰਨਾ ਵਾ ਜਿਵੇਂ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅਤੇ ਜਿਹੜੇ ਆਪਣੇ ਵੀਰ ਚੈਨਲ 'ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਕਿ ਆਪਾਂ ਇੱਦਾਂ ਵਧੀਆ ਵਧੀਆ ਵੀਡੀਓ ਲੈ ਕੇ ਆਈਏ ਹੋਰ ਆਪਣੇ ਹੋਰ ਦੂਜੇ ਵਲੌਗ ਵੀ ਹੁੰਦੇ ਆ ਹੋਰ ਦੂਜੇ ਵਲੌਗ ਵੀ ਦੇਖਿਆ ਕਰੋ ਕਾਫੀ ਵਲੌਗ ਹੁੰਦੇ ਆ ਵਧੀਆ ਵਲੌਗ ਪੂਰੇ ਵਧੀਆ ਪਾਏ ਹੋਏ ਸਟੂਡੈਂਟ ਬਾਰੇ ਹਰੇਕ ਜਾਣਕਾਰੀ ਹੈਗੀ ਆ ਵਿੱਚ ਕਈ ਜਣੇ ਫਿਰ ਵੀ ਕਮੈਂਟ ਕਰਦੇ ਰਹਿੰਦੇ ਆ ਕਿ ਬਾਈ ਸਟੂਡੈਂਟ ਬਾਰੇ ਦੱਸੋ ਸਾਨੂੰ ਤੁਹਾਨੂੰ ਵਰਕ ਬਾਰੇ ਦੱਸੋ ਇਹ ਸਾਰੀਆਂ ਵੀਡੀਓ ਵਿੱਚ ਹੈਗੀਆਂ ਵਾ ਤੁਹਾਨੂੰ ਸਾਰਾ ਦੇਖਦੇ ਰਹੋ ਵਿੱਚ ਮੇਰਾ ਇੰਸਟਾਗ੍ਰਾਮ ਵੀ ਆਊਗਾ ਇੰਸਟਾਗ੍ਰਾਮ 'ਤੇ ਤੁਸੀਂ ਫੋਲੋ ਕਰ ਸਕਦੇ ਹੋ ਹੋਰ ਜਾਣਕਾਰੀ ਲਈ ਚੱਲਦੇ ਹਾਂ ਹੁਣ ਫਿਰ ਕੰਮ ਲੱਭਣ ਅਤੇ ਹੁਣ ਚੱਲੇ ਹਾਂ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਕੰਮ ਤੁਸੀਂ ਲੱਭਣਾ ਵਾ ਕਿਵੇਂ ਜਾ ਕੇ ਉੱਥੇ ਤੁਸੀਂ ਕਹਿਣਾ ਇਹ ਸਾਰੀਆਂ ਵੀਡੀਓ ਆਪਾਂ ਤੁਹਾਡੇ ਲਈ ਪਾਉਂਦੇ ਹਾਂ ਆਪਾਂ ਨੂੰ ਇੱਦਾਂ ਹੁੰਦਾ ਕਿ ਜਿਹੜਾ ਵੀ ਭਰਾ ਇੱਥੇ ਆਵੇ ਆਪਦਾ ਪੈਸਾ ਕਮਾਵੇ ਅਤੇ ਟੱਪ ਜੇ ਬਸ ਜਿੱਧਰ ਟੱਪਣਾ ਉਹਨੇ ਕਿਉਂਕਿ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਕਿਹਾ ਸੀਗਾ ਕਿ ਇੱਥੇ ਆਓ ਘਰ ਬੈਠੋ ਨਾ ਬਸ ਕੰਮ ਲੱਭੋ ਆਪਦਾ ਮੈਨੂੰ ਮੈਸੇਜ ਆਉਂਦੇ ਰਹਿੰਦੇ ਆ ਕਿ ਭਾਈ ਸਾਨੂੰ ਕੰਮ ਲੱਭ ਦੇਗਾ ਅਸੀਂ ਜਦੋਂ ਆਵਾਂਗੇ ਉੱਥੇ ਇੰਸਟਾਗ੍ਰਾਮ ਆਈਡੀ 'ਤੇ ਫਿਰ ਇਹ ਵੀਡੀਓ ਆਪਾਂ ਉਹਨਾਂ ਲੋਕਾਂ ਲਈ ਪਾਉਣੀ ਆ ਵੀ ਤੁਸੀਂ ਆ ਕੇ ਇੱਥੇ ਕੰਮ ਕਿਵੇਂ ਲੱਭਣਾ ਕਿਉਂਕਿ ਮੈਂ ਵੀ ਬਿਜ਼ੀ ਹੁੰਦਾ ਮੈਂ ਵੀ ਆਪਦੇ ਕੰਮ 'ਤੇ ਹੁੰਦਾ ਵਾਂ ਤਾਂ ਕਰਕੇ ਫਿਰ ਆਪਾਂ ਹੁਣ ਮਾਰਕੀਟ ਵੱਲ ਨੂੰ ਚੱਲੇ ਹਾਂ ਜਿੱਥੇ ਦੁਕਾਨਾਂ ਦੁਕਾਨਾਂ ਹੋਣਗੀਆਂ ਉੱਥੇ ਕਿ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਜਿਵੇਂ ਤੁਸੀਂ ਛੋਟੀਆਂ ਮੋਟੀਆਂ ਜਿਵੇਂ ਪੀਜ਼ਾ ਸ਼ੋਪ ਹੋਊਗੀ ਜਾਂ ਫਿਰ ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਮਿਲ ਸਕਦਾ ਕੰਮ ਤੁਸੀਂ ਕਰ ਸਕਦੇ ਹੋ ਤਾਂ ਉੱਥੇ ਤੁਸੀਂ ਜਾਓ ਕੰਮ ਲੱਭੋ ਅਤੇ ਮੈਂ ਹੁਣ ਚੱਲਿਆ ਇੱਥੇ ਕਿਤੇ ਨੇੜੇ ਤੇੜੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ
ਅਤੇ ਤੁਰਦੇ ਤੁਰਦੇ ਹੁਣ ਆਪਾਂ ਇੱਥੇ ਆਏ ਹਾਂ, ਜਿਹੜੀ ਆ ਡੋਨਰ ਹਾਊਸ ਆ, ਇੱਥੇ ਪੀਜ਼ਾ ਪੂਜ਼ਾ ਬਰਗਰ ਵਗੈਰਾ ਸਭ ਕੁਛ ਬਣਦੇ ਆ, ਹੋਟ ਡੋਗ ਵਗੈਰਾ। ਅਤੇ ਆਪਾਂ ਹੁਣ ਇੱਥੇ ਅੰਦਰ ਚੱਲਾਂਗੇ ਅਤੇ ਇਹਨਾਂ ਤੋਂ ਪੁੱਛਾਂਗੇ ਕੰਮ ਹੈਗਾ ਕਿ ਨਹੀਂ ਹੈਗਾ। ਬਰੋ, ਆਈ ਵਾਂਟ ਟੂ ਆਸਕ ਯੂ, ਡੂ ਯੂ ਨੀਡ ਐਨੀ ਗਾਇ ਹੇਅਰ ਟੂ ਵਰਕ? ਯੂ ਡੋਂਟ ਨੀਡ? We need one, but we need one who can speak Greek and Italian. You need one guy to speak Greek also, yes? Yes. Or English? No, English I cannot, but we want to take order here. Ah, okay, okay, okay. But not in the kitchen somewhere? In the kitchen, I make a food. Okay, okay. But we need one here to take order. I can speak Greek, but not too much, 50%. 50% I can't, because you have to go to the hall. Yes, I understand. To go to talk to the customer. Yes, 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 yes. Okay. Thank you, bro. Thank you. ਉਹਨੂੰ ਬੰਦਾ ਤਾਂ ਚਾਹੀਦਾ ਸੀਗਾ, ਪਰ ਬੰਦਾ ਬੰਦੇ ਨੂੰ ਗਰੀਕ ਆਵੇ, ਕਿਉਂਕਿ ਉਹ ਆਰਡਰ ਲੈਣ ਨੂੰ ਬੰਦਾ ਚਾਹੀਦਾ ਸੀ ਕੋਈ ਉਹਨੂੰ। ਜੇ ਵੈਸੇ ਮੈਨੂੰ ਲੋੜ ਹੁੰਦੀ ਤਾਂ ਮੈਂ ਇੱਥੇ ਲੱਗ ਜਾਂਦਾ, ਮੈਨੂੰ ਇੰਨੀ ਗਾਂਧੀ ਆ ਕਿ ਆਪਾਂ ਆਰਡਰ ਉਡਰ ਲੈ ਸਕੀਏ। ਬਾਕੀ ਤੁਸੀਂ ਇਹੋ ਜਿਹੀ ਥਾਂ 'ਤੇ ਜਾਇਆ ਕਰੋ ਕੰਮ ਲੱਭਣ, ਜਿੱਥੇ ਕਿ ਕਰਾਊਡ ਹੋਵੇ ਬਹੁਤ ਜ਼ਿਆਦਾ, ਮਤਲਬ ਹੋਟਲ ਹੋਟਲ ਰੈਸਟੋਰੈਂਟ ਹੋਣ ਤਾਂ ਉੱਥੇ ਕੰਮ ਲੱਭਣ ਦੇ ਚਾਂਸ ਜ਼ਿਆਦਾ ਹੁੰਦੇ ਆ। ਅਤੇ ਅੱਜ ਜਿਵੇਂ ਤੁਸੀਂ ਦੇਖਿਆ ਹੀ ਆ ਵੀ ਉੱਥੇ ਕਿਵੇਂ ਗੱਲ ਕੀਤੀ, ਉਹਨੂੰ ਹੁਣ ਇੱਕ ਥਾਂ 'ਤੇ ਹੋਰ ਜਾਵਾਂਗੇ ਸਿਰਫ ਤੁਹਾਨੂੰ ਐਗਜ਼ਾਮਪਲ ਦਿਖਾਉਣ ਲਈ। ਵੀਡੀਓ ਨੂੰ ਸਮਝਿਆ ਕਰੋ ਸਾਰਾ ਵੀ ਹਾਂ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਚਲੋ ਆ ਕੇ ਤੁਹਾਨੂੰ ਇੱਕ ਅਗਲੇ 'ਤੇ ਦਿਖਾਉਂਦੇ ਹਾਂ। ਹੈਲੋ, ਬਾਕੀ ਜਿੱਦਾਂ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੀ ਹੈ ਕਿ ਆਪਾਂ ਕਿਵੇਂ ਜਾ ਕੇ ਪੁੱਛਣਾ ਉਹਨਾਂ ਨੂੰ ਕੀ ਡਾਕੂਮੈਂਟ ਤੁਹਾਨੂੰ ਚਾਹੀਦੇ ਆ, ਹੈ ਨਾ। ਅਤੇ ਆਪਾਂ ਤਾਂ ਦੋ ਕੁ ਥਾਵਾਂ 'ਤੇ ਪੁੱਛਿਆ ਵਾ, ਤੁਸੀਂ ਇੱਦਾਂ ਹੀ ਕਰਕੇ ਹੁਣ ਇਹਨੂੰ ਵੀ ਬੰਦਾ ਕੀ ਕਹਿੰਦੇ ਆ, ਜਿਹੜਾ ਮੈਂ ਲਾਸਟ ਹੁਣ ਪੁੱਛਿਆ ਵਾ, ਇਹ ਵੀ ਕਹਿੰਦਾ ਸੀ, ਕਹਿੰਦਾ ਮੈਨੂੰ ਬੰਦਾ ਚਾਹੀਦਾ ਸੀ ਪਰ ਥੋੜ੍ਹਾ ਟਾਈਮ ਹੀ ਪਹਿਲਾਂ ਮੈਂ ਰੱਖ ਲਿਆ ਇੱਕ। ਇੱਦਾਂ ਹੀ ਤੁਸੀਂ ਜੇ 4-5 ਥਾਵਾਂ 'ਤੇ 10-15 ਥਾਵਾਂ 'ਤੇ ਪੁੱਛੋਗੇ ਸਾਰਾ ਦਿਨ ਲਾ ਕੇ, ਤਾਂ ਕੰਮ ਮਿਲ ਸਕਦਾ ਵਾ ਐਂ ਕਰਕੇ। ਅਤੇ ਆਪਦਾ ਜਿਹੜੇ ਭਰਾ ਨਵੇਂ ਆਉਂਦੇ ਆ ਜਾਂ ਕਿਵੇਂ ਆ, ਕੰਮ ਨਹੀਂ ਮਿਲਦਾ ਉਹ ਐਂ ਕਰਕੇ ਕੰਮ ਦਾ ਪਤਾ ਕਰ ਸਕਦੇ ਆ। ਅਤੇ ਹੁਣ ਆਪਾਂ ਵਲੌਗ ਨੂੰ ਕਰਦੇ ਹਾਂ ਇੱਥੇ ਖਤਮ। ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ।